ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਵਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਹੁਣ ਜਿਵੇਂ ਲਗਭਗ 1 ਅੱਧ ਮਾਰਚ ਦੇ ਨੇੜੇ ਆਪਾਂ ਆ ਰਹੇ ਆਂ ਤੇ ਸਿੱਟੇ ਬੰਨੇ ਸ਼ੁਰੂ ਹੋ ਗਏ ਐ ਸੋ ਕਈ ਜਗ੍ਹਾ ਤੇ ਜਿਵੇਂ ਦਿੱਲੇ ਚੇਪੇ ਦਾ ਹਮਲਾ ਹੋ ਜਾਂਦਾ ਹੈ ਜਾਂ ਕਈ ਜਗ੍ਹਾ ਸੁੰਡੀ ਦਾ ਹਮਲਾ ਦੇਖਣ ਦੇ ਵਿੱਚ ਆਇਆ ਸੋ ਅੱਜ ਦੀ ਵੀਡੀਓ ਆਪਣੀ ਜਿਹੜੀ ਰਹੂਗੀ ਇਸ ਮੁੱਦੇ ਤੇ ਵੀ ਜਿਹੜਾ ਆਪਾਂ ਇੱਕ ਕੀਟ ਪ੍ਰਬੰਧਨ ਕਿਵੇਂ ਕਰਨਾ ਹੈ ਤੇ ਕਿਸ ਟਾਈਮ ਕਰਨਾ ਹੈ ਕਿਹੜੀ ਜਿਹੜੀ ਸੁੰਡੀ ਹੈਗੀ ਇਹ ਕਦੋਂ ਅਟੈਕ ਕਰਦੀ ਹੈ ਤੇ ਕਿਹੜੇ ਹਿਸਾਬ ਨਾਲ ਆਪਾਂ ਸਪਰੇਅ ਕਰਨੀ ਹੈ ਕਿਹੜੀ ਸਪਰੇਅ ਕਰਨੀ ਹੈ ਤੇ ਉਹਦੀ ਆਪਾਂ ਨੂੰ ਪਛਾਣ ਕਿਵੇਂ ਆਉਗੀ ਵੀ ਹੁਣ ਆਪਾਂ ਜਿਹੜੀ ਹੈਗੀ ਹੈ ਸਰਪਰੇ ਸ਼ੁਰੂ ਕਰ ਦਈਏ ਇਹਦੇ ਬਾਰੇ ਅੱਜ ਆਪਾਂ ਗੱਲਾਂ ਕਰਾਂਗੇ ਸੋ ਕਿਰਪਾ ਕਰਕੇ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਤੁਸੀਂ ਮੈਨੂੰ ਫੇਸਬੁੱਕ ਤੇ ਵੀ ਇਸੇ ਨਾਮ ਤੋਂ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਪਹਿਲਾਂ ਆਪਾਂ ਗੱਲ ਕਰਦੇ ਆਂ ਚੇਪੇ ਦੀਆਂ ਤੇਲੇ ਦੀ ਕਹਿ ਲਈਏ ਜਿਹਨੂੰ ਆਪਾਂ ਤੇਲਾ ਵੀ ਕਹਿ ਰਹੇ ਆਂ ਜਿਵੇਂ ਕਿ ਆਹ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਇਹਦੇ ਵਿੱਚ ਕਿਸਾਨ ਵੀਰੋ ਕਈ ਵਾਰ ਆਪਾਂ ਢੋਲੀ ਚੱਕਦੇ ਆਂ ਸਾਰੇ ਖੇਤ ਦੇ ਵਿੱਚ ਸਪਰੇਅ ਕਰਨੀ ਸ਼ੁਰੂ ਕਰ ਦਿੰਨੇ ਆਂ ਪਰੰਤੂ ਆਪਾਂ ਅਜਿਹਾ ਨਹੀਂ ਕਰਨਾ ਆਹ ਜਿਹੜਾ ਹਰਾ ਆਪਾਂ ਨੂੰ ਦੇਖ ਰਿਹਾ ਖੱਬੇ ਪਾਸੇ ਵਾਲੀ ਤਸਵੀਰੇ ਤੇ ਤੇਲੇ ਦੀ ਹੈਗੀ ਐਫਿਡ ਦੀ ਇਹ ਆਪਣੇ ਕੀ ਕਰਦਾ ਹੈ ਕਿਸਾਨ ਵੀਰੋ ਪੱਤਿਆਂ ਤੋਂ ਰਸ ਚੂਸਦਾ ਹਰਾ ਮਾਤਾ ਜਿਹੜਾ ਹੈਗਾ ਹੈ ਜਾਂ ਰਸ ਚੂਸ ਕੇ ਬਾਅਦ ਚ ਉਹਨੂੰ ਕਈ ਵਾਰ ਇਹ ਲਈ ਫਿਰ ਜਿਹੜਾ ਪੱਤਾ ਹੌਲੀ-ਹੌਲੀ ਸੁੱਕਣ ਲੱਗ ਜਾਂਦਾ ਇੱਕ ਕਿਸਾਨ ਵੀ ਜੇਕਰ ਆਪਾਂ ਦੇਖਾਂਗੇ ਇਹ ਹਮੇਸ਼ਾ ਹੀ ਕੀ ਹੁੰਦਾ ਹੈ ਇਹ ਖੇਤ ਦੇ ਬਾਰਡਰ ਏਰੀਆ ਤੋਂ ਸ਼ੁਰੂ ਹੁੰਦਾ ਹੈ ਯਾਨੀ ਕਿ ਕਹਿ ਲਈਏ ਵੀ ਚਾਰ ਚਫੇਰੇ ਵਾਲਾ ਜਿਹੜਾ ਬਾਰਡਰ ਹੁੰਦਾ ਹੈ ਸਟਾਰਟਿੰਗ ਵਾਲਾ ਜਿੱਥੋਂ ਆਪਾਂ ਖੇਤ ਚ ਐਂਟਰੀ ਕਰਦੇ ਆ ਤੇ ਉਹ ਸਾਈਡਾਂ-ਸਾਈਡਾਂ ਤੇ ਹੀ ਹੁੰਦਾ ਹੈ ਤੇ ਅੰਦਰ ਇਹਦਾ ਹਮਲਾ ਬਹੁਤ ਘੱਟ ਦੇਖਣ ਚਾਹੁੰਦਾ ਸੋ ਆਪਾਂ ਕੀ ਕਰਨਾ ਹੈ ਜੇਕਰ ਇਹ ਸਮੱਸਿਆ ਆ ਰਹੀ ਆਪਾਂ ਨੂੰ ਤਾਂ ਆਪਾਂ ਜਿਹੜੀ ਹੈਗੀ ਐ ਸਾਈਡਾਂ ਸਾਈਡਾਂ ਤੇ ਸਪਰੇਅ ਕਰਨਾ ਆਪਾਂ ਨੂੰ ਵਿੱਚ ਜਿਹੜਾ ਹੈਗਾ ਜਾ ਕੇ ਸਪਰੇਅ ਕਰਨ ਦੀ ਲੋੜ ਨਹੀਂ ਤੇ ਤੁਸੀਂ ਤਿਆਰਬੇ ਤੌਰ ਤੇ ਖੇਤ ਦੇ ਵਿੱਚ ਅੰਦਰ ਜਾ ਕੇ ਢੇੜਾ ਵੀ ਦੇ ਕੇ ਦੇਖ ਲਿਓ ਜੇਕਰ ਤੁਹਾਨੂੰ ਚਿਪਾ ਤੇਲਾ ਉੱਥੇ ਨਹੀਂ ਦਿਸਦਾ ਤਾਂ ਤੁਸੀਂ ਜਿਹੜਾ ਹੈਗਾ ਸੱਡਾ ਸੱਡਾਂ ਤੇ ਸਪਰੇਅ ਕਰਨੀ ਹੈ ਹੁਣ ਸਪਰੇਅ ਕਿਸਾਨ ਵੀਰੋਂ ਕਰੋਂ ਕਰਨੀ ਹੈ ਜਦੋਂ ਆਪਾਂ ਦੇਖਣਾ ਪੰਜ ਚਿਪੇ ਜਾਂ ਤੇਲਾ ਜਿਹੜਾ ਹੈਗਾ ਪ੍ਰਤੀ ਸਿੱਟਾ ਆਪਾਂ ਨੂੰ ਦੇਖਣ ਉਹਦੇ ਲਈ ਆਪਾਂ ਕੀ ਕਰਨਾ ਹੈ ਚਾਰ ਹਿੱਸਿਆਂ 'ਚ ਕੈ ਲੀਏ ਆਪਾਂ ਖੇਤ ਨੂੰ ਵੰਡ ਕੇ ਤੇ 10-10 ਜਿਹੜੇ ਹੈਗੇ ਆ ਉਹਦੇ ਸਿੱਟੇ ਦੇਖਾਂਗੇ ਜੇਕਰ ਇਹਨਾਂ ਤੇ ਪ੍ਰਤੀ ਸਿੱਟਾ ਆਪਾਂ ਨੂੰ ਭਾਂਵੇਂ-ਭਾਂਵੇਂ ਚਿੱਪੇ ਮਿਲਦੇ ਆ ਤਾਂ ਆਪਾਂ ਜਾ ਕੇ ਕਿਸਾਨ ਵੀਰ ਉਹ ਸਪਰੇਅ ਕਰਨੀ ਹੈ ਜੇਕਰ ਆਪਾਂ ਨੂੰ ਇਹ ਤੋਂ ਘੱਟ ਮਿਲਦੇ ਆ ਤਾਂ ਉਹਨੂੰ ਆਪਾਂ ਕਹਿ ਦਿੰਨੇ ਬਿਲੋ ਈਟੀਐ ਲੈਵਲ ਆ ਕਹਿ ਦਈਏ ਆਰਥਿਕ ਘਾਰ ਤੋਂ ਘੱਟ ਹੈ ਉੱਥੇ ਆਪਾਂ ਨੂੰ ਜਿਹੜੀ ਹੈਗੀ ਹੈ ਸਪਰੇਅ ਕਰਨ ਦੀ ਲੋੜ ਨਹੀਂ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋਏ ਨੇ ਤੇ ਇਕਟਾਰਾ ਜਾਂ ਮੀਡਾ ਵਰਗੀਆਂ ਆਪਾਂ ਜਿਹੜੀਆਂ ਕਨਫੀਡੋਰ ਦੇ ਨਾਂ ਤੇ ਆਉਂਦੀ ਸੀ ਆਪਾਂ ਆਉਂਦੀ ਹੈਗੀ ਆਪਣੀ ਮੀਡਾ ਵਗੈਰਾ ਇਕਟਾਰਾ ਹੋਗੀ ਜਿਹੜੀਆਂ ਚਟੀਆਂਈਆਂ ਸੇਵੀਆਂ ਹੁੰਦੀਆਂ ਇਹ ਆਪਾਂ ਇਹਨਾਂ ਲਈ ਸਪਰੇਅ ਕਰਦੇ ਹੈਗੇ ਆ ਤੇ ਕਿਸਾਨ ਵੀਰੋ ਯੂਨੀਵਰਸਿਟੀ ਨੇ ਵੀ ਸਪਾਰਸ ਕੀਤੀ ਹੈ ਵੀ ਇਹਦੇ ਲਈ ਆਪਾਂ ਨਿੰਮ ਦਾ ਘੋਲ ਵੀ ਜਿਹੜਾ ਹੈਗਾ ਬਣਾ ਕੇ ਸਪਰੇਅ ਕਰ ਸਕਦੇ ਆ ਉਹਦੇ ਆਪਾਂ ਦੋ ਘੋਲ ਕਰਨੇ ਹੈਗੇ ਆ ਯਾਨੀ ਕਿ ਕਹਿ ਲਈਏ ਸੌਰੀ ਦੋ ਸਪਰੇਅ ਆ ਆਪਾਂ ਕਰਨੀਆਂ ਹੈਗੀਆਂ ਉਹਦਾ ਘੋਲ ਬਣਾ ਕੇ ਇਹ ਇਹਦੇ ਲਈ ਆਪਾਂ 2 ਲੀਟਰ ਨਿੰਮ ਦੇ ਜਿਹੜਾ ਹੈਗਾ ਘੋਲ ਦੀ ਵਰਤੋਂ ਕਰਨੀ ਹੈ ਹੁਣ ਘੋਲ ਜਿਹੜਾ ਬਣਾਉਣਾ ਉਹਦੇ ਲਈ ਕੀ ਕਰਨਾ ਕਿਸਾਨ ਵੀਰ ਉਹ 4 ਕਿਲੋ ਜਿਹੜੀਆਂ ਹੈਗੀਆਂ ਆਪਾਂ ਨਿੰਮ ਦੀਆਂ ਕੁਰੰਬਲਾ ਉਹ ਸਾਰਾ ਕੁਝ ਜਿਹੜਾ ਹੈਗਾ 10 ਲੀਟਰ ਪਾਣੀ ਚ ਪਾ ਕੇ ਉਬਾਲ ਲੈਣਾ ਤੇ ਜਦੋਂ ਠੰਡਾ ਹੋ ਗਿਆ 30 ਅ ਅੱਧਾ ਘੰਟੇ ਤੱਕ ਜਿਹੜਾ ਆਪਾਂ ਬਾਲਾਂਗੇ ਉਸ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਕੱਪੜੇ ਛਾਣ ਕਰਕੇ ਜਿਹੜਾ ਹੈਗਾ ਉਹਦਾ ਜਿਹੜਾ ਉਹ ਰਹੇਗਾ ਆਪਾਂ ਨੂੰ ਮਿਲੂਗਾ ਉਹਦਾ ਆਪਾਂ ਜਿਹੜਾ 2 ਲੀਟਰ ਹੈਗੇ ਸਪਰੇਅ ਕਰ ਸਕਦੇ ਆ ਇਹਦੇ ਨਾਲ ਵੀ ਜਿਹੜਾ ਹੈਗਾ ਆਪਾਂ ਬਿਨਾਂ ਖਰਚ ਕੀਤੇ ਤੇਲੇ ਨੂੰ ਕੰਟਰੋਲ ਕਰ ਸਕਦੇ ਆ ਹੁਣ ਜਿਹੜਾ ਦੂਸਰੀ ਵਾਰੀ ਆ ਜਾਂਦੀ ਹੈਗੀ ਐ ਸੈਨਿਕ ਸੁੰਡੀ ਜਿਵੇਂ ਕਿ ਤੁਸੀਂ ਸਾਈਡ ਤੇ ਦੇਖ ਰਹੇ ਹੋ ਸੱਜੇ ਪਾਸੇ ਇਹਦੇ ਲਈ ਕਿਸਾਨ ਵੀਰੋ ਜਿਹੜਾ ਹੈਗਾ ਇਹਦਾ ਜ਼ਿਆਦਾ ਅਟੈਕ ਹੁੰਦਾ ਹੈ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਹੁਣ ਇਹਦਾ ਟਾਈਮ ਹੈਗਾ ਅਟੈਕ ਦਾ ਇਹ ਫਿਰ ਜਿਹੜਾ ਹੈਗਾ ਸਿੱਟੇ ਖਾਂਦੀ ਹੈਗੀ ਐ ਇਹ ਨੁਕਸਾਨ ਕਾਫੀ ਕਰ ਜਾਂਦੀ ਹੈਗੀ ਜੇਕਰ ਆਪਾਂ ਪਰਾਲੀ ਪ੍ਰਬੰਧਨ ਕਰਕੇ ਜਿਹੜਾ ਹੈਗਾ ਬੀਜੀਆ ਤਾਂ ਉੱਥੇ ਜਿਹੜਾ ਹੈਗਾ ਇਹਦਾ ਟੈਗ ਦਸੰਬਰ ਚ ਵੀ ਦੇਖਣ ਨੂੰ ਮਿਲਿਆ ਕਈ ਵਾਰ ਇਹਦੀ ਨਿਸ਼ਾਨੀਆਂ ਕਿਸਾਨ ਵੀਰੋਂ ਕੀ ਹੈ ਜਦੋਂ ਆਪਾਂ ਸਵੇਰ ਖੇਤ ਚ ਜਾਵਾਂਗੇ ਇਹਨੂੰ ਸੈਨਿਕ ਸੁੰਡੀ ਤਾਂ ਕਹਿੰਦੇ ਕਿਉਂਕਿ ਇਹ ਰਾਤ ਨੂੰ ਅਟੈਕ ਕਰਦੀ ਹੈ ਸਵੇਰ ਜਦੋਂ ਆਪਾਂ ਖੇਤ ਦੇ ਵਿੱਚ ਜਾਵਾਂਗੇ ਤਾਂ ਦਰਖਤਾਂ ਦੇ ਥੱਲੇ ਦੇਖੋਗੇ ਜਾਂ ਤੁਸੀਂ ਕਈ ਵਾਰ ਆਪਣੇ ਖੇਤ ਦੇ ਵਿੱਚ ਵੀ ਥੱਲੇ ਨਿਗਾਹ ਮਾਰੋਗੇ ਤਾਂ ਇਹਨਾਂ ਦੀਆਂ ਜਿਹੜੀਆਂ ਮਿੱਠਾ ਜੀਆਂ ਕਹਿ ਲਈਏ ਜਾਂ ਜੋ ਮਾਲ ਇਹਨਾਂ ਨੇ ਕੀਤਾ ਹੁੰਦਾ ਉਹ ਤੁਹਾਨੂੰ ਜਿਹੜਾ ਹੈਗਾ ਦੇਖਣ ਦੇ ਵਿੱਚ ਮਿਲੂਗਾ ਜੇਕਰ ਜੇ ਆਪਾਂ ਨੂੰ ਦੇਖਣ ਚਾਹੁੰਦਾ ਤਾਂ ਆਪਾਂ ਉੱਥੇ ਸਮਝ ਸਕਦੇ ਹਾਂ ਜਿਹੜਾ ਸੈਨਿਕ ਸੁੰਡੀ ਦਾ ਅਟੈਕ ਹੋ ਗਿਆ ਇਹਦੇ ਲਈ ਆਪਾਂ ਕਿਸਾਨ ਵੀਰੋ 18.5% ਐਸਿਕੋਰਾ ਜਨ 40 ਐਮਐਲ ਕਰ ਸਕਦੇ ਹਾਂ ਯੂਨੀਵਰਸਟੀ ਸਪਰਸ਼ 400 ਐਮਐਲ ਜਿਹੜਾ ਕੋਇਨਲ ਫਾਸ 25 ਸੀ ਉਹਦੀ ਸਪਰਸ਼ ਹੈਗੀ ਹੈ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਹੈਗੇ ਆ ਛੋਲੇ ਐਂ ਡੱਡਾਂਗ ਸੁੰਢੀ ਜੀ ਨੂੰ ਕਿ ਆਪਾਂ ਅਮਰੀਕਨ ਸੁੰਢੀ ਵੀ ਕਹਿੰਨੇ ਆ ਇਹਦਾ ਅਟੈਕ ਬਹੁਤ ਵੈਸੇ ਤਾਂ ਘਾਟੀ ਆਉਂਦਾ ਪਰ ਕਈ ਵਾਰ ਜਿੱਥੇ ਨਰਮੇ ਤੋਂ ਬਾਹਰ ਵਿਜਾਂਦ ਹੋਈ ਹੈ ਉੱਥੇ ਮਾੜਾ ਮੋਟਾ ਅਟੈਕ ਕਈ ਵਾਰ ਦੇਖਣ ਨੂੰ ਮਿਲ ਸਕਦਾ ਹੈ ਇਹ ਜਦੋਂ ਕਿਸਾਨ ਵੀਰ ਉਹ ਸਿੱਟੇ ਪੱਕ ਰਹੇ ਹੁੰਦੇ ਆ ਉਦੋਂ ਜਿਹੜਾ ਹੈਗਾ ਇਹਦਾ ਅਟੈਕ ਹੁੰਦਾ ਤੇ ਜੇਕਰ ਇਹਦਾ ਅਟੈਕ ਹੁੰਦਾ ਤਾਂ ਆਪਾਂ 800 ਐਮਐਲ ਜਿਹੜੀ ਹੈਗੀ ਇਹਦੇ ਲਈ ਕੋਈਨਲ ਫਾਸ 25 ਈਸੀ ਜਿਹੜੀ ਹੈਗੀ ਹੈ ਉਹ ਦਵਾਈ ਸਪਰੇ ਕਰਕੇ ਆਪਾਂ ਇਹ ਸੁੰਡੀ ਤੋਂ ਜਿਹੜਾ ਹੈਗਾ ਨਿਜਾਤ ਪਾ ਸਕਦੇ ਆ ਤੇ ਅਖੀਰ ਦੇ ਵਿੱਚ ਆ ਜਾਂਦੀ ਹੈਗੀ ਹੈ ਕਈ ਵਾਰ ਆਪਣੇ ਜਿਹੜਾ ਹੁੰਦਾ ਹੈ ਪੂਰੀ ਜੂੰ ਦਾ ਅਟੈਕ ਹੋ ਜਾਂਦਾ ਹੈਗਾ ਇਹ ਜ਼ਿਆਦਾਤਰ ਕਿਸਾਨ ਵੀਰ ਉਹ ਜਿਹੜਾ ਹੈਗਾ ਬਰਾਨੀ ਕਣਕਾਂ ਹੁੰਦੀਆਂ ਉਹ ਜਗ੍ਹਾ ਤੇ ਹੁੰਦਾ ਹੈਗਾ ਜਿੱਥੇ ਜਿਹੜਾ ਹੈਗਾ ਮੌਇਸਚਰ ਖੇਤ ਦੇ ਵਿੱਚ ਘੱਟ ਹੋਵੇ ਜਾਂ ਬਹੁਤ ਘੱਟ ਹੋਵੇ ਕਹ ਲਈਏ ਖੁਸ਼ਕੀ ਵਾਲੇ ਏਰੀਆ ਚ ਜ਼ਿਆਦਾ ਹੁੰਦੀ ਹੈਗੀ ਹੈ ਕਈ ਵਾਰ ਆਪਾਂ ਦੇਖਿਆ ਹੈਗਾ ਵੀ ਸਟਾਰਟਿੰਗ ਤੇ ਵੀ ਜਾਂ ਕਹਿ ਲਈਏ ਮਹੀਨੇ ਡੇਢ ਮਹੀਨੇ ਜਾਂ 2-3 ਮਹੀਨੇ ਬਾਅਦ ਆ ਜਾਂਦੀ ਹੈਗੀ ਐ ਤੇ ਜਦੋਂ ਇਹਨੂੰ ਆਪਾਂ ਪਾਣੀ ਪੂਣੀ ਲਾ ਦਈਏ ਕਿਸਾਨ ਵੀਰੂ ਤਾਂ ਇਹਦਾ ਜਿਹੜਾ ਕਾਫੀ ਹੱਦ ਤੱਕ ਹੱਲ ਹੋ ਜਾਂਦਾ ਹੈਗਾ ਇਹਨਾਂ ਨੁਕਸਾਨ ਨਹੀਂ ਕਰਦੀ ਜੇਕਰ ਹੱਦ ਤੋਂ ਜ਼ਿਆਦਾ ਹੋਵੇ ਤਾਂ ਇਹ ਜਿਹੜੇ ਹੈਗੇ ਪੱਤੇ ਜਿਹੜੇ ਇਹਦੇ ਕਰਕੇ ਪੀਲੇ ਪੈਣ ਲੱਗ ਜਾਂਦੇ ਆ ਜਦੋਂ ਛੋਟੀਆਂ ਅਵਸਥਾਾਂ 'ਚ ਕਣਕ ਤੇ ਹਮਲਾ ਕਰਦੀ ਐ ਤਾਂ ਦੇਖਣ ਚਾਇਆ ਸੀ ਕਈ ਵਾਰ ਕੱਲਾ ਪਾਣੀ ਵੀ ਲਵਾਇਆ ਤਾਂ ਉਹਦੇ ਨਾਲ ਜਿਹੜਾ ਹੈਗਾ ਇਹ ਸੈੱਟ ਹੋ ਜਾਂਦਾ ਹੈ ਜੇਕਰ ਨਹੀਂ ਸੈੱਟ ਹੁੰਦੀ ਹੈਗੀ ਤਾਂ ਆਪਾਂ ਜਿਹੜੀਆਂ ਹੈਗੀਆਂ ਕੋਈ ਵੀ ਝੂੰ ਵਾਲੀ ਸਪਰੇ ਰੋਗਰ ਵਗੈਰਾ ਜਾਂ ਹੋਰ ਕੋਈ ਵੀ ਆਪਾਂ ਕਿਸਾਨ ਵੀਰੋਂ ਕਰ ਸਕਦੇ ਹੈਗੀਆਂ ਜਾਂ ਤੇਲੇ ਚੇਪਾਲੀਆਂ ਨਾਲ ਵੀ ਇਹ ਕੰਟਰੋਲ ਹੋ ਜਾਂਦੀ ਹੈ ਸੋ ਏਸੀ ਕਿਸਾਨ ਵੀਰੋਂ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ